ਗ੍ਰੰਥੀਓ ਤੇ ਫਰੀਸੀਓ ਹਾਂਜੀ ਕਿਹਨਾਂ ਗੱਲ ਕਰ ਰਹੇ ਯਸਮ ਸਿੰਘ ਫਰੀਸੀਓ ਨਾਲ ਨਵਾਂ ਜਨਮ ਪਾਏ ਹੋਏ ਲੋਕਾਂ ਦੇ ਨਾਲ ਗੱਲ ਨਹੀਂ ਹੋ ਰਹੀ ਅਜੇ ਗੈਰ ਕੌਮਾਂ ਦੇ ਲਈ ਪ੍ਰਚਾਰ ਸ਼ੁਰੂ ਨਹੀਂ ਹੋਇਆ ਅਜੇ ਦੁਲਹਨ ਦਾ ਜਨਮ ਕਲੀਸੀਆ ਦਾ ਜਨਮ ਯਸਮ ਸਿੰਘ ਕੁਰਬਾਨ ਅਜੇ ਕੀਮਤ ਦਿੱਤੀ ਅਜੇ ਪਾਪ ਤੋਂ ਮੁਕਤੀ ਮਿਲੀ ਅਜੇ ਤਾਂ ਮੁਕਤੀ ਦਾ ਪ੍ਰਚਾਰ ਹੋ ਰਿਹਾ ਹੈ ਔਰ ਪ੍ਰਚਾਰ ਦੇ ਲਈ ਵੀ ਯਸਮ ਸਿੰਘ ਕਹਿੰਦਾ ਇੱਕ ਗੈਰ ਕੌਮ ਦੀ ਔਰਤ ਆਈ ਕਹਿੰਦਾ ਮੈਨੂੰ ਇਸਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਤੋਂ ਬਿਨਾਂ ਕਿਸੇ ਕੋਲ ਭੇਜਿਆ ਨਹੀਂ ਗਿਆ ਕਹਿੰਦਾ ਇਸ ਕਰਕੇ ਰਾਜਕੁਮਾਰਾਂ ਦਾ ਭੋਜਨ ਕੁੱਤਿਆਂ ਨੂੰ ਨਹੀਂ ਪਾਈਦਾ ਉਸ ਔਰਤ ਨਾਲ ਜਦੋਂ ਵਾਰਤਾਲਾਪ ਹੋਈ ਹੈ ਉਹ ਗੱਲ ਕਲੀਅਰ ਕਰਦੀ ਹੈ ਕਿ ਖੁਦਾਵੰਦ ਖੁਦਾ ਦੀ ਯੋਜਨਾ ਜਿਹੜੀ ਉਸ ਵਕਤ ਸੀਗੀ ਉਹ ਕੀ ਸੀ ਤੇ ਬਾਅਦ ਵਿੱਚ ਕੀ ਸੀ ਉਹ ਬਾਅਦ ਵਿੱਚ ਵੀ ਯੋਜਨਾ ਇਹ ਸੀ ਵੀ ਇਹ ਪ੍ਰਚਾਰ ਜਾਂ ਯਰੂਸ਼ਲਮ ਤੋਂ ਨਿਕਲੇਗਾ ਤੇ ਦੁਨੀਆਂ ਦੇ ਸ਼ੋਰ ਤੱਕ ਪਹੁੰਚੇਗਾ ਲੇਕਿਨ ਉਸ ਵਕਤ ਤੱਕ ਪਹਿਲਾ ਪੜਾਅ ਜਿਹੜਾ ਸੀ ਯਸਮ ਸਿੰਘ ਦੀ ਸੇਵਕਾਈ ਦਾ ਉਹ ਸਿਰਫ ਕਿਹੜਾ ਵਾਸਤੇ ਸੀ ਇਸਰਾਇਲ ਔਰ ਇਸਰਾਇਲ ਦੇ ਲੋਕਾਂ ਵਾਸਤੇ ਸੀ ਔਰ ਇਸਰਾਇਲ ਦੇ ਲੋਕਾਂ ਦੇ ਜਿਹੜੇ ਅਗੂਏ ਸੀਗੇ ਜਿਹਨਾਂ ਦੇ ਲਈ ਇਹ ਠਹਿਰਾਇਆ ਗਿਆ ਸੀ ਕਿ ਤੁਸੀਂ ਇਸਰਾਇਲ ਨੂੰ ਸਿਖਾਉਣਾ ਹੈ ਤੇ ਇਸਰਾਇਲ ਆਪਣੀ ਕਮਾਈ ਦਾ ਦਸਵਾਂ ਹਿੱਸਾ ਤੁਹਾਨੂੰ ਲਿਆ ਕੇ ਦਿਆ ਕਰਨਗੇ ਉਹ ਲੋਕਾਂ ਨੇ ਦਸਵਾਂ ਹਿੱਸਾ ਦੇਣਾ ਤੇ ਸਿਖਾ ਦਿੱਤਾ ਪਰ ਲੋਕਾਂ ਨੂੰ ਬਾਕੀ ਚੀਜ਼ਾਂ ਤੋਂ ਕਾਇਲ ਨਹੀਂ ਕੀਤਾ ਬਾਕੀ ਚੀਜ਼ਾਂ ਦੇ ਚੋਣਾਂ ਦੀ ਤਿਆਰੀ ਨਹੀਂ ਕੀਤੀ ਨਾ ਉਹਨਾਂ ਨੇ ਲੋਕਾਂ ਦੀ ਤਿਆਰੀ ਕਰਵਾਈ ਤੇ ਨਾ ਹੀ ਉਹਨਾਂ ਦੀ ਆਪਣੀ ਤਿਆਰੀ ਸੀ ਇਸ ਕਰਕੇ ਯਸਮ ਸਿੰਘ ਕਹਿੰਦਾ ਹੇ ਕਪਟੀਓ ਗ੍ਰੰਥੀਓ ਫਰੀਸੀਓ ਤੁਸੀਂ ਜਿਹੜੇ ਮਤਲਬ ਲੋਕਾਂ ਨੂੰ ਸਿਖਾਉਣ ਵਾਲੇ ਸੀਗੇ ਤੁਸੀਂ ਉਹਨਾਂ ਦੇ ਲਈ ਵੀ ਦਰਵਾਜ਼ਾ ਬੰਦ ਕਰ ਦਿੱਤਾ ਤੁਸੀਂ ਆਪ ਤੇ ਨਹੀਂ ਸੀ ਜਾਣਾ ਪਰ ਉਹਨਾਂ ਦੇ ਲਈ ਵੀ ਦਰਵਾਜ਼ਾ ਬੰਦ ਕਰ ਦਿੱਤਾ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਲੋਕਾਂ ਕੋਲੋਂ ਵੀ ਲਈ ਜਾਂਦੇ ਹੋ ਤੇ ਆਪਣੇ ਕੋਲੋਂ ਵੀ ਦੇਈ ਜਾਂਦੇ ਹੋ ਪਰ ਤੁਸੀਂ ਨਿਆਂ ਦਇਆ ਤੇ ਵਿਸ਼ਵਾਸ ਨੂੰ ਤਿਆਗ ਦਿੱਤਾ ਹੈ ਇਸ ਕਰਕੇ ਯਸੂ ਮਸੀਹ ਹੁਣ ਸਿਰਫ ਔਰ ਸਿਰਫ ਇਸਰਾਇਲ ਦੇ ਨਾਲ ਮੁਖਾਤਬ ਹੋ ਕੇ ਗੱਲ ਕਰ ਰਿਹਾ ਇਸ ਲਈ ਉਹਨਾਂ ਨੂੰ ਕਹਿ ਰਿਹਾ ਹੈ ਕਿ ਤੁਹਾਡੇ ਲਈ ਜ਼ਰੂਰੀ ਆ ਕਿਉਂਕਿ ਤੁਹਾਡੇ ਲਈ ਹੁਕਮ ਆ ਤੁਹਾਨੂੰ ਵਿਵਸਥਾ ਦਿੱਤੀ ਗਈ ਸੀ ਜੇ ਤੁਸੀਂ ਵਿਵਸਥਾ ਦੇ ਮੁਤਾਬਕ ਮੇਰੇ ਨਾਲ ਬਹਿਸ ਕਰਦੇ ਹੋ ਤੇ ਫਿਰ ਤੁਹਾਡੇ ਲਈ ਇਹ ਜ਼ਰੂਰੀ ਆ ਤੁਸੀਂ ਉਹ ਵੀ ਕਰੋ ਤੇ ਇਹਨੂੰ ਵੀ ਪਰ ਅਜੇ ਕਲੀਸੀਆ ਦਾ ਜਨਮ ਨਹੀਂ ਹੋਇਆ ਤੇ ਕਲੀਸੀਆ ਦਾ ਜਨਮ ਹੋਣ ਦਾ ਮਤਲਬ ਕੀ ਸੀਗਾ ਨਵਾਂ ਜਨਮ ਕਲੀਸੀਆ ਦਾ ਨਵਾਂ ਜਨਮ ਲੈਣ ਦਾ ਮਤਲਬ ਬਾਦਸ਼ਾਹ ਦੇ ਵਿੱਚ ਦਾਖਲ ਹੋਣਾ ਸਰਦਾਰ ਆਇਆ ਕਹਿੰਦਾ ਕਿਵੇਂ ਦਾਖਲ ਹੋ ਸਕਦਾ ਯਸਮ ਸਿੰਘ ਕਹਿੰਦਾ ਜਿੰਨੀ ਦੇਰ ਤੱਕ ਮਨੁੱਖ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਪਰਮੇਸ਼ਵਰ ਦੀ ਬਾਦਸ਼ਾਹ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਨਾ ਉਹਨੂੰ ਦੇਖ ਸਕਦਾ ਹੈ ਹਾਲੇਲੂਇਆ ਸੋ ਪਰਮੇਸ਼ਵਰ ਦਾ ਕਲਾਮ ਜਿਹੜਾ ਸਾਨੂੰ ਦੱਸਦਾ ਹੈ ਕਿ ਇੱਕ ਬੰਦੇ ਨੇ ਆ ਕੇ ਉਸ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਤੇ ਯਸਮ ਸਿੰਘ ਨੇ ਕਿਹਾ ਵੀ ਨਵੇਂ ਸਿਰੇ ਤੋਂ ਪੈਦਾ ਹੋਵੇਗਾ ਤੇ ਉਹਨੂੰ ਦੇਖ ਸਕਦਾ ਹੈ ਨਵੇਂ ਸਿਰੇ ਤੋਂ ਪੈਦਾ ਹੋਵੇਗਾ ਤੇ ਉਹਦੇ ਚ ਦਾਖਲ ਹੋ ਸਕਦਾ ਨਹੀਂ ਤੇ ਤੇਰੇ ਲਈ ਇਹ ਕੰਮ ਜਿਹੜਾ ਬੜਾ ਮੁਸ਼ਕਲ ਆ ਤੇਰੇ ਲਈ ਜ਼ਰੂਰੀ ਹੈ ਤੂੰ ਜਲ ਤੇ ਆਤਮਾ ਤੋਂ ਪੈਦਾ ਹੋਵੇ ਤੇਰੇ ਲਈ ਜ਼ਰੂਰੀ ਹੈ ਤੂੰ ਨਵੇਂ ਸਿਰੇ ਤੋਂ ਪੈਦਾ ਹੋਵੇ ਦੋ ਗੱਲਾਂ ਸੀਗੀਆਂ ਔਰ ਯਸਮ ਸਿੰਘ ਉਹਨਾਂ ਗੱਲ ਕੀਤੀ ਆ ਉਹਨੂੰ ਇਹ ਹੁਕਮ ਦਿੱਤਾ ਗਿਆ ਉਹਨੇ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਹੈ ਤੇ ਉਹਨੂੰ ਫਿਰ ਆਉਣ ਵਾਲੀ ਜ਼ਿੰਦਗੀ ਦਾ ਦੱਸ ਰਿਹਾ ਕਿ ਜੇ ਤੂੰ ਉਹ ਜ਼ਿੰਦਗੀ ਪ੍ਰਾਪਤ ਕਰਨੀ ਆ ਤੇਰੇ ਲਈ ਫਿਰ ਜ਼ਰੂਰੀ ਆ ਇਹ ਗ੍ਰੰਥੀਆਂ ਫਰੀਸੀਆਂ ਦੀ ਤਲੀਮ ਤੋਂ ਉੱਠ ਕੇ ਤੈਨੂੰ ਨਵਾਂ ਜਨਮ ਪਾਉਣ ਦੀ ਜ਼ਰੂਰਤ ਹੈਗੀ ਆ ਔਰ ਧਨੀ ਜਵਾਨ ਜਿਹੜਾ ਆਇਆ ਉਹਨੇ ਵੀ ਉਸ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਕਹਿੰਦਾ ਹੇ ਸਤਿਗੁਰ ਮੈਨੂੰ ਦੱਸ ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਵਾਸਤੇ ਕੀ ਕਰਾਂ ਹੁਣ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਵਾਸਤੇ ਗੱਲ ਕੀਤੀ ਹੈ ਤੇ ਯਸਮ ਸਿੰਘ ਨੇ ਪਹਿਲਾਂ ਤੇ ਉਹਨੂੰ ਸ਼ਰ੍ਹਾਂ ਦੇ ਵਿੱਚੋਂ ਹੀ ਲਿਆ ਕਿ ਉਸ ਜ਼ਿੰਦਗੀ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਜਿਸ ਸ਼ਰ੍ਹਾਂ ਦੇ ਵਿੱਚ ਤੂੰ ਰਹਿਣਾ ਹੈ ਸਭ ਤੋਂ ਪਹਿਲਾਂ ਕੀ ਤੂੰ ਉਹਨੂੰ ਪੂਰਾ ਕਰਦਾ ਐਸੀ ਗੱਲ ਨਹੀਂ ਸੀ ਕਿ ਯਸ ਨੂੰ ਪਤਾ ਨਹੀਂ ਸੀ ਯਸਮ ਸਿੰਘ ਉਹਦੇ ਮੂੰਹੋਂ ਹੀ ਸੁਣਨਾ ਚਾਹੁੰਦਾ ਸੀ ਕਿਉਂਕਿ ਉਹਦੀ ਚਾਹਤ ਨੂੰ ਦੇਖ ਕੇ ਲੋਕਾਂ ਨੂੰ ਸਿੱਖਿਆ ਦੇਣੀ ਸੀ ਯਸਮ ਸਿੰਘ ਨੇ ਉਸ ਵਕਤ ਜਿਹੜੇ ਨਾਲ ਲੋਕ ਆਏ ਸਨ ਉਹਨਾਂ ਦੱਸਣਾ ਸੀਗਾ ਕਿ ਦੇਖੋ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਦੇ ਲਈ ਕਿੰਨਾ ਕੁਛ ਕਰਨਾ ਜ਼ਰੂਰੀ ਆ ਪਰਮੇਸ਼ਵਰ ਦੀ ਮਰਜ਼ੀ ਆ ਉਹ ਕਿਸੇ ਇੱਕ ਗੱਲ ਦਾ ਕਰਕੇ ਰੋਕ ਦੇਵੇ ਪਰਮੇਸ਼ਵਰ ਦੀ ਮਰਜ਼ੀ ਉਹ 99 ਨੂੰ ਇਗਨੋਰ ਵੀ ਕਰ ਦੇਵੇ ਔਰ ਇਹ ਧਨੀ ਆਦਮੀ ਜਦੋਂ ਗੋਡੇ ਟੇਕੇ ਉਹਨੂੰ ਕਿਹਾ ਹਮੇਸ਼ਾ ਦੀ ਜ਼ਿੰਦਗੀ ਪਾਉਣ ਵਾਸਤੇ ਕੀ ਕਰਨਾ ਯਸਮ ਸਿੰਘ ਨੇ ਕਿਹਾ ਸ਼ਰ੍ਹਾਂ ਨੂੰ ਪੂਰਾ ਕਰ ਇਹ ਕਹਿੰਦਾ ਜਦੋਂ ਦੀ ਮੈਂ ਹੋਸ਼ ਸੰਭਾਲੀ ਮੈਂ ਉਸ ਵਕਤ ਤੋਂ ਸ਼ਰ੍ਹਾਂ ਨੂੰ ਪੂਰਾ ਕਰਦਾ ਸ਼ਰ੍ਹਾਂ ਨੂੰ ਪੂਰਾ ਕਰਨਾ ਮਤਲਬ ਸੀ ਜੋ ਕੁਛ ਸੀਗਾ ਸਭ ਕੁਛ ਉਹ ਉਸੇ ਅਨੁਸਾਰ ਕਰ ਰਿਹਾ ਸੀਗਾ ਔਰ ਜਦੋਂ ਉਹਨੇ ਯਸਮ ਸਿੰਘ ਨੇ ਗੱਲ ਕਹੀ ਤੇ ਲਿਖਿਆ ਯਸਮ ਸਿੰਘ ਨੇ ਉਹਨੂੰ ਪਿਆਰ ਕੀਤਾ ਪਿਆਰ ਕਰਕੇ ਫਿਰ ਉਹਨੂੰ ਇੱਕੋ ਗੱਲ ਕਹੀ ਤੇਰੇ ਵਿੱਚ ਸਿਰਫ ਇੱਕ ਗੱਲ ਦਾ ਹੁਣ ਘਾਟਾ ਹੈ ਇਹ ਪੜੋਸੀ ਨੂੰ ਆਪਣੇ ਵਰਗੀ ਮੁਹੱਬਤ ਕਰਦਾ ਸੀ ਯਹੋਵਾ ਪਰਮੇਸ਼ਵਰ ਨੂੰ ਪਰਮੇਸ਼ਵਰ ਕਰਕੇ ਮੰਨਦਾ ਸੀ ਮੂਰਤੀ ਪੂਜਾ ਨਹੀਂ ਸੀ ਕਰਦਾ ਝੂਠੀ ਗਵਾਹੀ ਨਹੀਂ ਸੀ ਦਿੰਦਾ ਚੋਰੀ ਨਹੀਂ ਸੀ ਕਰਦਾ ਡਾਕੇ ਨਹੀਂ ਸੀ ਮਾਰਦਾ ਕਤਲ ਨਹੀਂ ਸੀ ਕਰਦਾ ਜੋ ਵਿਵਸਥਾ ਦੇ ਵਿੱਚ ਲਿਖਿਆ ਸੀ ਸਾਰਾ ਕੁਛ ਪੂਰਾ ਕਰਦਾ ਸੀਗਾ ਔਰ ਨਾਲ ਨਾਲ ਵਿਵਸਥਾ ਦੇ ਉਸ ਹੁਕਮ ਨੂੰ ਵੀ ਦਸਵਾਂ ਹਿੱਸਾ ਦੇਣਾ ਚਾਹੀਦਾ ਇਹ ਬੰਦਾ ਦਸਵਾਂ ਹਿੱਸਾ ਵੀ ਦਿੰਦਾ ਸੀ ਪਰ ਹੁਣ ਯਸਮ ਸਿੰਘ ਦੀ ਦੁੱਖ ਦੀ ਰਾਗ ਦੇ ਉੱਤੇ ਹੱਥ ਰੱਖ ਰਿਹਾ ਹੈ ਹੁਣ ਕਾਕਾ ਜੀ ਇਹ ਹੈ ਵੀ ਤੂੰ ਸ਼ਰਨ ਤੇ ਪੂਰਾ ਕਰਦਾ ਸੀ
ਪਰ ਜਿਸ ਜ਼ਿੰਦਗੀ 'ਚ ਤੂੰ ਦਾਖਲ ਹੋਣ ਦੇ ਲਈ ਗੱਲ ਕੀਤੀ ਆ, ਉੱਥੇ ਇੱਕ ਵੀ ਜੇ ਤੇਰੇ 'ਚ ਕਮੀ ਆ ਤੇ ਫਿਰ ਤੂੰ ਦਾਖਲ ਹੋ, ਫਿਰ ਤੂੰ ਦਾਖਲ ਨਹੀਂ ਹੋ ਸਕਦਾ। ਹੁਣ ਤੇਰੇ 'ਚ ਇੱਕ ਕਮੀ ਆ, ਉਹ ਇਹ ਆ ਵੀ ਹੁਣ ਦਸਵਾਂ ਹਿੱਸਾ ਦਿੱਤਿਆਂ ਗੁਜ਼ਾਰਾ ਨਹੀਂ ਹੋਣਾ। ਹਾਲੇਲੂਇਆ, ਹੁਣ ਆਪਣਾ ਸਭ ਕੁਛ ਵੇਚ, ਕੰਗਾਲਾਂ ਨੂੰ ਦੇ ਤੇ ਮੇਰੇ ਮਗਰ ਆ ਜਾ, ਤੇ ਸਵਰਗ ਦੇ ਵਿੱਚ ਤੈਨੂੰ ਧੰਨ। ਇਹ ਜਿਹਨਾਂ ਨੇ ਨਵਾਂ ਜਨਮ ਲੈਣਾ ਉਹਨਾਂ ਵਾਸਤੇ ਹੁਕਮ ਹੈ, ਤੇ ਨਵਾਂ ਜਨਮ ਪਾਏ ਹੋਏ ਬੰਦੇ ਦੇ ਵਾਸਤੇ ਦਸਵੇਂ ਹਿੱਸੇ ਦਾ ਕੋਈ ਵੀ ਹੁਕਮ ਉਹਨੇ ਦੇਣ ਲੱਗਿਆਂ ਗਿਣਤੀ ਨਹੀਂ ਕਰਨੀ ਮੈਂ ਕਿੰਨਾ ਦਿੰਦਾ, ਉਹਨੇ ਦੇਣ ਲੱਗਿਆ ਇਹ ਦੇਖਣਾ ਨਹੀਂ। ਉਹਦੇ ਵਾਸਤੇ ਦੇ ਹੁਕਮ ਇਹ ਹੈ ਵੀ ਜੇ ਤੂੰ ਕੋਸ਼ਿਸ਼ ਕਰੇ, ਜੇ ਤੂੰ ਕਰ ਸਕਦਾ ਫਿਰ ਆਪਣਾ ਸਭ ਕੁਛ ਹੀ ਵੇਚ ਤੇ ਮੇਰੇ ਮਗਰ ਆ ਜਾ ਤੇ ਸਵਰਗ ਦੇ ਵਿੱਚ ਤੈਨੂੰ ਧੰਨ ਮਿਲੂਗਾ। ਤੇ ਅੱਜ ਕੱਲ੍ਹ ਕਈ ਵਾਰੀ ਫਿਰ ਏਦਾਂ ਵੀ ਹੁੰਦਾ, ਜਦੋਂ ਦਸਵੇਂ ਹਿੱਸੇ ਤੇ ਰੋਕ ਲਾ ਦਿੰਦੇ ਤੇ ਫਿਰ ਬੰਦੇ ਕਹਿੰਦੇ ਚਲੋ ਠੀਕ ਆ। ਦਸਵਾਂ ਜਿਹੜਾ ਦਸਵੇਂ ਹਿੱਸੇ ਨਾ ਦੇਣ ਦਾ ਮਤਲਬ ਇਹ ਨਹੀਂ ਹੋਵੇ ਅਸੀਂ ਦੇਣਾ ਨੀਗਾ, ਦਸਵਾਂ ਕਰਕੇ ਨਹੀਂ ਦੇਣਾ, ਬਲਕਿ ਦੇਣ ਵਾਲੀ ਜਦੋਂ ਆਵੇ ਤੇ ਲਿਖਿਆ ਆਪਣੀ ਜਾਨ ਤੱਕ ਵੀ ਦੇ ਦੇਣੀ ਹੈ। ਹਾਲੇਲੂਇਆ, ਜੋ ਮੌਤ ਤੱਕ ਵਫ਼ਾਦਾਰ ਰਹੇਗਾ ਸੋਈ ਬਚਾਇਆ, ਜਿਹੜਾ ਵਕਤ ਮੌਤ ਤੱਕ ਵਫ਼ਾਦਾਰ ਰਹੂਗਾ ਉਹੀ ਬਚਾਇਆ ਜਾਊਗਾ। ਸੋ ਦਸਵਾਂ ਹਿੱਸਾ ਨਵੇਂ ਨੇਮ ਦੇ ਵਿੱਚ ਜਿਹੜਾ ਨਵਾਂ ਜਨਮ ਪਾਇਆ ਹੋਇਆ ਇਨਸਾਨ ਆ ਉਹਦੇ ਲਈ ਦਸਵੇਂ ਹਿੱਸੇ ਦਾ ਕੋਈ ਹੁਕਮ ਨਹੀਂ ਆ। ਉਹਦੇ ਲਈ ਤੇ ਇਹ ਆ ਵੀ ਤੂੰ ਜਾਨ ਤੱਕ ਵੀ ਪ੍ਰਭੂ ਦੇ ਲਈ ਦੇ ਦੇਣੀ ਆ, ਜਿੱਥੇ ਵਕਤ ਆਵੇ ਆਪਣਾ ਸਭ ਕੁਛ ਦੇ ਦੇਣਾ ਆ। ਇਸ ਲਈ ਲਿਖਿਆ ਵੀ ਜਦੋਂ ਫਿਰ ਕਲੀਸਿਆ ਦਾ ਨਵਾਂ ਜਨਮ ਹੋਇਆ ਤੇ ਲੋਕਾਂ ਨੇ ਆਪਣਾ ਸਭ ਕੁਛ ਵੇਚ ਕੇ ਲਿਆ ਕੇ ਸ਼ਾਗਿਰਦਾਂ ਦੇ ਕਦਮਾਂ ਦੇ ਉੱਤੇ, ਉਹਨਾਂ ਨੇ ਦਸਵਾਂ ਕਿਉਂ ਨਹੀਂ ਦਿੱਤਾ? ਉਹ ਵੀ ਤਾਂ ਦਊਗਾ, ਕਿਉਂਕਿ ਸ਼ਰ੍ਹਾਂ ਦੇ ਮੁਤਾਬਕ ਤੇ ਦਸਵਾਂ ਹਿੱਸਾ ਦੇ ਕੇ ਬਚ ਸਕਦੇ ਸੀਗੇ, ਲੇਕਿਨ ਉਹਨਾਂ ਨੇ ਦਸਵਾਂ ਨਹੀਂ ਲਿਖਿਆ, ਆਪਣਾ ਸਭ ਕੁਛ ਵੇਚ ਕੇ ਲਿਆ ਕੇ ਰਸੂਲਾਂ ਦੇ ਕਦਮਾਂ ਦੇ ਉੱਤੇ ਰੱਖ ਦਿੱਤਾ ਵੀ ਖੁਦਾ ਦੀ ਸੇਵਕਾਈ ਨੂੰ ਵਧਾਇਆ ਜਾਵੇ। ਸੋ ਅੱਜ ਅਸੀਂ ਇਹ ਸਿੱਖਿਆ ਕਿ ਦਸਵਾਂ ਹਿੱਸਾ ਜਿਹੜਾ ਆ ਉਹ ਪੁਰਾਣੇ ਨੇਮ ਦੇ ਵਿੱਚ ਇਸਰਾਇਲੀਆਂ ਦੇ ਲਈ ਹੁਕਮ ਸੀਗਾ, ਨਵੇਂ ਨੇਮ ਦੇ ਵਿੱਚ ਜਿਹੜਾ ਨਵੇਂ ਸਿਰੇ ਤੋਂ ਪੈਦਾ ਹੋ ਚੁੱਕਾ, ਜਿਹਨੇ ਨਵਾਂ ਜਨਮ ਪਾਇਆ, ਜਦੋਂ ਤੱਕ ਯਿਸੂ ਮਸੀਹ ਨੇ ਤਾਲੀਮ ਦਿੱਤੀ ਆ, ਜਦੋਂ ਤੱਕ ਉਹਨੇ ਕਿਹਾ ਵੀ ਤੁਸੀਂ ਪੁਦੀਨੇ ਸੌਂਫ ਦਾ ਸਾਰਾ ਦਸਵਾਂ ਦਿੰਦੇ ਹੋ ਚੰਗਾ ਹੁੰਦਾ, ਉਹ ਵੀ ਕਰਦੇ ਤੇ ਇਹਨੂੰ ਵੀ ਨਾ ਛੱਡਦੇ। ਉਹ ਫੱਕੀਆਂ ਫਰੀਸੀਆਂ ਦੇ ਨਾਲ ਗੱਲ ਕਰ ਰਿਹਾ, ਫੱਕੀਆਂ ਫਰੀਸੀਆਂ ਨੂੰ ਸਮਝਾ ਰਿਹਾ ਆ, ਲੇਕਿਨ ਨਵਾਂ ਜਨਮ ਪਾਏ ਬੰਦੇ ਦੀ ਗੱਲ ਇਹ ਆ ਜਿਹੜਾ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ ਉਹ ਮੇਰੇ ਕਾਬਲ। ਹਨਾਨੀਆ ਸ਼ਬੀਰਾ ਨੇ ਵੇਚ ਦਿੱਤਾ, ਥੋੜਾ ਬਹੁਤਾ ਲਗੋ ਲਿਆ, ਅਸੀਂ ਮੰਨ ਕੇ ਚੱਲਾਂਗੇ 25% ਲਗੋ ਲਿਆ ਹੋਊਗਾ ਜਾਂ ਅੱਧਾ ਲਗੋ ਲਿਆ ਹੋਊਗਾ। ਅੱਧਾ ਵੀ ਜੇ ਦੇ ਦਿੱਤਾ ਹੈ ਤੇ ਤਾਂ ਵੀ ਉਹਨਾਂ ਨੇ 50% ਦੇ ਦਿੱਤਾ ਹੈ, ਜੇ ਅੱਧਾ ਵੀ ਦਿੱਤਾ ਤਾਂ ਵੀ 50% ਦੇ ਦਿੱਤਾ ਹੈ, ਲੇਕਿਨ ਮਨਜ਼ੂਰ ਨਹੀਂ ਹੋਇਆ। ਕਿਉਂ ਨਹੀਂ ਮਨਜ਼ੂਰ ਹੋਇਆ? ਕਿਉਂਕਿ ਨੀਅਤ ਪਹਿਲਾਂ ਇਹ ਸੀ ਵੀ ਅਸੀਂ ਸਭ ਕੁਛ ਖੁਦਾ ਦੀ ਸੇਵਾ ਦੇ ਲਈ ਦੇ ਦੇਣਾ ਹੈ, ਬਾਅਦ ਵਿੱਚ ਮਨ 'ਚ ਬਦੀ ਆਈ, ਪਹਿਲਾਂ ਵੀ ਉਹਨਾਂ ਦਾ ਸੀਗਾ ਹੁਣ ਵੀ ਉਹਨਾਂ ਦਾ ਹੀ ਆ, ਲੇਕਿਨ ਹੁਣ ਕਹਿ ਕੇ ਲੁਕੋ ਲਿਆ ਤੇ ਲਿਖਿਆ ਪਰਮੇਸ਼ਵਰ ਪਸੰਦ ਨਹੀਂ ਆਇਆ। ਦੋਵੇਂ ਤੀਵੀਂ ਆਦਮੀ ਉਸੇ ਜਗ੍ਹਾ ਦੇ ਉੱਤੇ ਖੜੇ ਖੜੇ ਵਾਰੀ ਵਾਰੀ ਮਰ ਗਏ। ਸੋ ਪਰਮੇਸ਼ਵਰ ਦਾ ਹੁਕਮ ਇਹ ਹੈ ਨਵਾਂ ਜਨਮ ਪਾਏ ਹੋਏ ਬੰਦੇ ਦੇ ਵਾਸਤੇ ਕਿ ਖੁਦਾ ਦੇ ਲਈ ਤੂੰ ਸਭ ਕੁਛ ਵੀ ਦੇ ਦੇਵੇ ਤਾਂ ਵੀ ਥੋੜ੍ਹਾ ਨਾ ਦੇ। ਆਪਣੇ ਅੱਖਾਂ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਦੁਆ ਕਰਾਂਗੇ। ਖੁਦਾ